ਅਸਲਾਮ ਵਾਲੇਕੁਮ ਸੰਗਤ, ਕਿਆ ਹਾਲ ਹੈ? ਠੀਕ ਹੋ ਖਰੀਆ? ਤੇ ਇਹ ਵੀਡੀਓ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਨੂੰ ਸ਼ੇਅਰ ਕਰਨਾ ਵਾਂ। ਪਹਿਲੀ ਖਬਰ ਕੌਮੀ ਏਅਰਲਾਈਨ PIA ਦੇ ਬਾਰੇ ਵੇ। ਕੌਮੀ ਏਅਰਲਾਈਨ ਕਰਾਚੀ ਕੋਲੋਂ ਜੱਦਾ ਅਤੇ ਮਦੀਨਾ ਮਨੋਰਾ ਕੀਤੇ ਆਪਣੇ ਕਿਰਾਏ ਵਿੱਚ ਕਮੀ ਕਰ ਦਿੱਤੀ ਹੈ 30%। ਇਹ ਕਮੀ ਇਹਨੇ ਟਿਕਟਾਂ ਦੀ ਖਰੀਦਦਾਰੀ ਦੇ ਉੱਤੇ ਹੋ ਸੀ ਜਿਹੜੀਆਂ 31 ਅਗਸਤ ਤੱਕ ਗਿਨੀ ਸਨ, ਅਤੇ ਇਹਨੇ ਦੇ ਉੱਤੇ ਵਾਲਾ ਸਫ਼ਰ 30 ਸਤੰਬਰ ਤੱਕ ਮੁਸਾਫਿਰ ਕਰੇ ਸਨ। ਨਵਾਂ ਕਿਰਾਇਆ ਇਹ ਕਰਾਚੀ ਕੋਲੋਂ ਜੱਦਾ ਅਤੇ ਮਦੀਨਾ ਮਨੋਰਾ ਕੀਤੇ ਇੱਕ ਤਰਫਾ 56,000, ਇਹਦੇ ਵਿੱਚ ਟੈਕਸ ਸ਼ਾਮਿਲ ਕਹਿ ਨਹੀਂ, ਅਤੇ ਦੂ ਤਰਫਾ ਕਿਰਾਇਆ 88,000 ਹੈ, ਇਹਦੇ ਵਿੱਚ ਹੀ ਟੈਕਸ ਸ਼ਾਮਿਲ ਕਹਿ ਨਹੀਂ। ਇਹ ਟਿਕਟਾਂ 31 ਅਗਸਤ ਤੱਕ ਗਿਣ ਸਕਦੇ ਹੋ, ਅਤੇ ਇਹਨਾਂ ਦੇ ਉੱਤੇ ਸਫ਼ਰ 30 ਸਤੰਬਰ ਤੱਕ ਕਰਨਾ ਹੈ, ਯਾਨੀ ਆਖਰੀ ਦੀ ਜਿਹੜੀ ਤਾਰੀਖ ਹੈ ਸਫ਼ਰ ਦੀ 30 ਸਤੰਬਰ ਹੈ, ਉਹਦੇ ਕੋਲੋਂ ਪਹਿਲੇ ਵੀ ਸਫ਼ਰ ਕਰ ਸਕਦੇ ਹੋ। ਵੀ ਖਬਰ ਕਿੰਗ ਅਬਦੁਲ ਅਜ਼ੀਜ਼ ਮੁਕਾਬਲਾ ਹੁਸਨ ਕੁਰਾਤ ਥੀਂਦਾ ਪਏ, ਇੱਥੋਂ ਜਿਹੜੇ ਫਤਿਹਇਨ ਥੀਸਨ ਇਹਨੇ ਕੂੰ 4 ਮਿਲੀਅਨ ਰਿਆਲ ਇਨਾਮ ਦਿੱਤਾ ਵੇ ਸੀ। ਇਹ ਮੁਕਾਬਲੇ ਹੁਸਨ ਕੁਰਾਤ ਤਹਫੀਜ਼ ਅਤੇ ਤਫਸੀਰ ਨਾਲ ਕੁਰਾਨ ਮਜੀਦ ਪੜ੍ਹਿਆ ਵੇ ਸੀ। ਇਹ ਮੁਕਾਬਲੇ ਕੀਤੇ 123 ਮੁਲਕਾਂ ਕੋਲੋਂ 173 ਅਫਰਾਦ ਹਿੱਸਾ ਗਿੰਦੇ ਪੈਵਨ। ਇਹ ਮੁਕਾਬਲਾ ਪਹਿਲੀ ਦਫ਼ਾ 1978 ਕੋਲੋਂ ਸ਼ੁਰੂ ਥਿਆ। ਵੀ ਖਬਰ ਸਾਊਦੀ ਅਰਬ ਆਪਣੀ ਨੋਯਾਦਾ ਦੂਜਾ ਵੱਡਾ ਪੁਲ ਸਮੁੰਦਰ ਦੇ ਉੱਤੇ ਤਾਮੀਰ ਕਰਨਾ ਪਏ। ਇਹ ਪੁਲ ਦੀ ਲੰਬਾਈ 3.2 ਕਿਲੋਮੀਟਰ ਹੋ ਸੀ। ਅਲ ਸ਼ਿਰਕਿਆ ਰੇਜਾਨੇ ਅਤੇ ਹੇ ਰਾਸਲ ਤਨੂਰ ਆਇਤ 88% ਇਹ ਪੁਲ ਦਾ ਕੰਮ ਮੁਕੰਮਲ ਥਿਆ ਪਏ। ਇਹ ਪੁਲ ਦੇ ਜ਼ਰੀਏ ਰਾਸ ਤਨੂਰਾ ਦਮਾਮ ਅਤੇ ਕਤੀਫ ਕੀਤੇ ਫਾਸਲਾ ਘੱਟ ਵੇ ਸੀ। ਇਹਦੇ ਕੋਲ ਇਲਾਵਾ ਦਮਾਮ ਦਾ ਕਿੰਗ ਫਾਦ ਇੰਟਰਨੈਸ਼ਨਲ ਏਅਰਪੋਰਟ ਹੀ ਬਰੇ ਰਾਸਤ ਇਹਦੇ ਨਾਲ ਮੁਨਸਲਿਕ ਥੀ ਵੇ ਸੀ। ਵੀ ਖਬਰ ਸਾਊਦੀ ਪੁਲਿਸ ਇੱਕ ਇੰਝ ਸਾਊਦੀ ਸ਼ਹਿਰ ਕੋ ਪਕੜੇ ਜਿਹੜਾ ਆਪਣੇ ਬਾਲਿਆਂ ਕੋ ਸਕੂਲ ਕੋਲੋਂ ਮਹਰੂਮ ਕੀਤੀ ਪਿਆ। ਇਹਨੇ ਕੋ ਸਕੂਲ ਕਹਿ ਨਾ ਭਿਜੇਂਦਾ। ਇਹ ਸਾਊਦੀ ਸ਼ਹਿਰੀ ਦੇ 3 ਬਾਲ ਹਨ ਜਿਹਦੀ ਉਮਰ 7 ਸਾਲ ਨੇ ਗਿਣਤੇ 11 ਸਾਲ ਦੇ ਦਰਮਿਆਨ ਆਈ। ਇਹ ਇਹਨੇ 3 ਕੋ ਸਕੂਲ ਨਾ ਭਿਜੇਂਦਾ। ਪੁਲਿਸ ਇਹ ਸਾਊਦੀ ਸ਼ਹਿਰ ਕੋ ਪਕੜ ਅਤੇ ਅਦਾਲਤ ਪੇਸ਼ ਕੀਤੇ। ਅਦਾਲਤ ਤੋਂ ਇੱਕ ਸਜ਼ਾ ਥੀ ਸੀ, ਅਤੇ ਅਦਾਲਤ ਇੱਕ ਇਦਾਰੇ ਕੋਈ ਹੁਕਮ ਦਿੱਤੇ ਜੋ ਇਹਨੇ ਬਾਲਿਆਂ ਕੋ ਫੌਰਨ ਆਪਣੀ ਨਿਗਰਾਨੀਅਤ ਸਕੂਲਤ ਦਾਖਲ ਕਰਵਾਓ। ਇਹ ਸਾਊਦੀ ਅਰਬ ਦਾ ਤਲੀਮੀ ਨਿਜ਼ਾਮ, ਜਿਹੜਾ ਮਾਂ ਪਿਓ ਬਾਲਿਆਂ ਕੋ ਨਹੀਂ ਭਿਜੇਂਦਾ ਉਹ ਕੋ ਪੁਲਿਸ ਪਕੜੇਂਦੀ ਏ। ਵੀ ਖਬਰ ਬੁਰੇਦਾ ਦੇ ਵਿੱਚ ਖਜੂਰ ਮੇਲਾ ਲੱਗੇ, ਪਿੰਡ ਵਾਲਾ ਮੇਲਾ। ਇਹ ਮੇਲੇ ਦੇ ਅੰਦਰ ਖਾਸ ਕਿਸਮ ਦੀ ਖਜੂਰ ਸੁੱਕਰੀ ਦੀ ਸਭ ਤੋਂ ਜ਼ਿਆਦੀ ਮੰਗ ਏ। ਇਹਦੀ ਨਿਲਾਮੀਅਤ 30 ਰਿਆਲ ਨੇ ਗਿਣਤੇ 100 ਰਿਆਲ ਤੱਕ ਇੱਕ ਡੱਬਾ ਵਿਕਦਾ ਪਏ ਸੁੱਕਰੀ ਪਿੰਡ ਦਾ। ਇਹ ਬਿਆਹ ਜਿਤੀ ਕਿਸਮ ਦਾ ਪਿੰਡ ਨੇ ਬੁਰੇਦਾ ਆਇਤ, ਇਹ ਉਹਨੇ ਕੋ ਪਿੱਛੋਂ ਛੋੜੀ ਖੜੀ ਏ। ਅਲ ਗਸੀਮ ਦੇ ਇਲਾਕੇ ਈ ਸੁੱਕਰੀ ਖਜੂਰ ਦੇ 65% ਦਰਖਤ ਖੱਜਣ ਜਿਹਦੀ ਖਸੂਸੀ ਤੌਰ 'ਤੇ ਦੇਖਭਾਲ ਕੀਤੀ ਵੇਂਦੀ ਏ। ਵੀ ਖਬਰ ਸਾਊਦੀ ਅਰਬ ਦੇ ਤਬੂਕ ਰੇਜਾਂ ਦੇ ਅਲ ਵਜਾ ਸੈਕਟਰ ਇਤ ਸਾਊਦੀ ਸਰਹੱਦੀ ਮੁਹਾਫਜ਼ੇ ਡੂ ਗੈਰ ਮੁਲਕੀਆਂ ਕੋ ਡੁੱਬਣ ਕੋਲੋਂ ਬਚਾ ਕੀਤਾ ਏ। ਇਹ ਡੁਹੀਏ ਗੈਰ ਮੁਲਕੀ ਬੰਗਲਾਦੇਸ਼ੀ ਹਨ, ਇਹਨਾਂ ਦੀ ਕਿਸ਼ਤੀ ਸਮੁੰਦਰ ਇਤ ਡੁੱਬ ਗਈ ਏ। ਇਹਨਾਂ ਡੁਨਾਏ ਕੋ ਸਮੁੰਦਰ ਤੋਂ ਕੱਢ ਤੇ ਇਬਤਦਾਈ ਤਿੱਬੀ ਇਮਦਾਦ ਫਰਾਹਮ ਕਰਨ ਦੇ ਬਾਅਦ ਹਸਪਤਾਲ ਹੀ ਪਹੁੰਚਾ ਦਿੱਤੇ ਨੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁਤ ਖਬਰਾਂ ਜਿਹੜੀਆਂ ਤੁਹਾਨੂੰ ਸ਼ੇਅਰ ਕੀਤੇ ਮੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਿਰਾਂ ਨਾਲ ਸ਼ੇਅਰ ਵੀ ਕਰਾਏ। ਅੱਲਾ ਹਾਫਿਜ਼।